ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਬਾਈ ਜੀ, ਇੱਦਾਂ ਦੇਖੋ, ਆਪਾਂ ਤਾਂ ਮਹਾਰਾਜ ਦੇ ਲੜ ਲੱਗੇ ਹੋਏ ਹਾਂ ਨਾ, ਤੁਸੀਂ ਵੀ ਲੱਗੋ, ਮਹਾਰਾਜ ਦਾ ਨਾਂ ਲਵੋ, ਮਾੜੇ ਕੰਮਾਂ ਤੋਂ ਬਚੋ। ਕਬੱਡੀ 'ਚ ਇੱਕ ਤਾਂ ਡੋਪ ਹੋ ਗਿਆ ਜੀ, ਇੱਕ ਡਰੱਗ ਹੋ ਗਈ, ਇੱਕ ਜੀ ਤੇ ਆਪਾਂ ਕੰਟਰੋਲ ਕਰ ਸਕਦੇ ਹਾਂ ਕਮੇਟੀਆਂ ਵਾਲੇ, ਕਾਹਦੇ ਜਿਹੜੀ ਬਾਮ, ਠੀਕ ਆ। ਹੁਣ ਰੈਸਲਿੰਗ ਹੁੰਦੀ ਆ, ਕੋਈ ਰੈਸਲਿੰਗ ਦਾ ਮੈਚ ਹੁੰਦਾ, ਜਦੋਂ ਰੈਸਲਰ ਨੂੰ ਗਰਮੀ ਆ ਜਾਂਦੀ ਆ, ਉਹ ਪੋਚ ਦਿੰਦੇ ਆ ਗਰਮੀ, ਠੀਕ ਆ ਜੀ। ਆਹ ਦੱਸੋ ਇਹ ਕਿਹੜੀ ਕੁੰਡੀ ਆ, ਇਹ ਕੱਛਾਂ 'ਚ ਲਾ ਕੇ, ਸਿਰ 'ਚ ਲਾ ਕੇ, ਇਹ ਤੁਹਾਡੇ ਸਾਹਮਣੇ ਘਾਣ ਹੋ ਰਿਹਾ ਕੁੰਡੀ ਦਾ। ਚਾਹੇ ਜੂਨੀਅਰ ਆ ਚਾਹੇ ਸੀਨੀਅਰ ਆ, ਉਹਨੂੰ ਜਦੇ ਬਾਹਰ ਬਿਠਾਓ, ਉੱਥੇ ਖੜੋ, ਦੋ ਜਣੇ ਤਾਵਲ ਲੈ ਕੇ, ਜਿਹਨੂੰ ਗਰਮੀ ਆਉਂਦੀ ਆ ਤਾਵਲ ਪੋਚ ਕੇ ਭੇਜੋ, ਠੀਕ ਆ ਜੀ। ਇਹ ਅਸੂਲ ਚਾਹੀਦਾ ਵੈਸੇ, ਠੀਕ ਆ ਨਾ। ਜਿਵੇਂ ਕੜੇ 'ਚ ਨਿਕਲਣਾ ਹੁੰਦਾ ਬਾਮ ਲਾ ਕੇ, ਯਾਰ 19-21 ਦਾ ਫਰਕ ਹੁੰਦਾ, ਬਾਹਲਾ ਫਰਕ ਨਹੀਂ ਹੁੰਦਾ ਤਕੜੇ ਮਾੜੇ ਦਾ। ਕੀ ਫੜਿਆ, ਮਸ਼ੀਨਾਂ ਥੋੜੋ ਨੇ, ਨਹੀਂ ਫੜ ਹੁੰਦੇ ਇਹ ਬਾਈ। ਕਮੇਟੀਆਂ ਵਾਲੇ ਕੋਈ ਜੂਨੀਅਰ ਆ ਕੋਈ ਸੀਨੀਅਰ, ਉਹਨੂੰ ਬਾਹਰ ਬਿਠਾਓ, ਉੱਥੇ ਚੱਲ ਬਈ, ਨਹਾ ਕੇ ਆ। ਜੇ ਗਰਮੀ ਆਉਂਦੀ ਆ ਮੱਥੇ 'ਤੇ ਹੱਥ ਨਹੀਂ ਲਾਉਣਾ, ਸਿਰ 'ਚ ਬਾਮ ਲਾਈ ਹੁੰਦੀ ਆ, ਕੱਛਾਂ 'ਚ ਬਾਮ ਲਾਈ ਹੁੰਦੀ ਆ, ਕੱਛੇ 'ਚ ਬਾਮ ਲਾਈ ਹੁੰਦੀ ਆ, ਪਤਾ ਨਹੀਂ ਕਿੱਥੇ ਕਿੱਥੇ ਬਾਮ ਲਾਈ ਹੁੰਦੀ ਆ, ਠੀਕ ਆ ਨਾ। ਇਹਨਾਂ ਨੂੰ ਵਰਜੋ, ਤੁਸੀਂ ਇੰਨੇ ਪੈਸੇ ਦਿੰਦੇ ਹੋ, ਇਕੱਠੇ ਕਰਦੇ ਹੋ, ਸਾਰਾ ਕੁਛ ਫਿਰਦੇ ਹੋ, ਤੁਰਦੇ ਹੋ, ਐਨਆਰ ਆਈਆਂ ਤੋਂ ਲੈਂਦੇ, ਪਿੰਡਾਂ ਵਾਲਿਆਂ ਤੋਂ, ਬਹੁਤ ਔਖਾ ਟੂਰਨਾਮੈਂਟ ਹੁੰਦਾ, ਪੈਸੇ ਲੈ ਕੇ ਤੁਰ ਜਾਂਦੇ ਆ, ਨਾ ਆਉਣ, ਠੀਕ ਆ। ਆਹ ਮੁੰਡਿਆਂ ਨੂੰ ਦੋ ਪੈਸੇ, ਜਿਹੜੇ ਨੂੰ ਦੇਣ ਵਾਲੇ ਨਵਿਆਂ ਨੂੰ, ਤੇ ਉਹਨਾਂ ਨੂੰ ਕਹੋ ਗੱਡੀਆਂ ਇੱਥੇ ਖੜਾਓ ਬਈ, ਕੀ ਕਰਨਾ ਮੋਟਰਾਂ ਤੇ ਜਾ ਕੇ, ਠੀਕ ਨੀ। ਇਹ ਤੁਸੀਂ ਬਾਈ ਉਪਰਾਲਾ ਕਰੋ, ਕਮੇਟੀਆਂ ਵਾਲੇ ਵੀਰਾ ਬਣ ਕੇ, ਤੁਸੀਂ ਇਹ ਚੀਜ਼ 'ਤੇ ਤਾਂ ਕੰਟਰੋਲ ਕਰ ਸਕਦੇ ਹੋ, ਇੱਕ ਤਾਂ ਇਹ ਬਾਮ 'ਤੇ ਤਾਂ ਕਰ ਸਕਦੇ ਹੋ, ਇਹ ਤਿੰਨ ਕੋਹੜ ਨੇ, ਡੋਪ, ਡਰੱਗ ਤੇ ਬਾਮ। ਬਾਮ ਦਾ ਤਾਂ ਤੁਹਾਡੇ ਸਾਹਮਣੇ ਹੋ ਇਸਤੇਮਾਲ ਹੋ ਰਿਹਾ, ਤੁਸੀਂ ਬੋਲਦੇ ਨਹੀਂ, ਉਹਦਾ ਚੱਲ ਪੜਦੇ ਦੇ ਪਿੱਛੇ ਹੋ ਰਹੀ ਆ ਗੱਲ, ਉਹਦੇ ਬਾਰੇ ਤੁਹਾਨੂੰ ਪਤਾ ਨਹੀਂ, ਦੇਖਿਆ ਨਹੀਂ ਤੁਸੀਂ, ਸ਼ਾਇਦ ਹੁੰਦੀ ਆ ਸ਼ਾਇਦ। ਇਹ ਤਾਂ ਕੋਈ ਇਹੋ ਜਿਹੀ ਚੀਜ਼ ਨਹੀਂ ਜਿਹੜੀ ਬਈ ਪਲੇਅਰ ਦਾ ਮਹੀਨੇ ਦੇ ਵਿੱਚ ਇਹੋ ਜਿਹੀ ਖੁਰਾਕ ਦਾ, ਹੈ ਨਹੀਂ ਕੋਈ 10 ਕਿਲੋ ਭਾਰ ਵੱਧ ਗਿਆ। ਜਿਹੜਾ ਕੋਚ ਹੁੰਦਾ ਬਾਈ, ਕੋਚ ਪਿਓ ਹੁੰਦਾ, ਠੀਕ ਆ ਨਾ, ਹਰੇਕ ਕੋਚ ਨੂੰ ਪਤਾ ਹੁੰਦਾ ਵੀ ਮੇਰੇ ਚੇਲੇ ਦਾ ਇੱਕ ਮਹੀਨੇ ਦੇ ਵਿੱਚ 10 ਕਿਲੋ ਭਾਰ ਕਿਵੇਂ ਵੱਧ ਗਿਆ, ਮੈਨੂੰ ਦੱਸੋ ਕਿਹੜੀ ਡਾਇਟ ਆ ਵੀ 10 ਕਿਲੋ ਭਾਰ ਵਧਾਊਗੀ ਮਹੀਨੇ 'ਚ। ਸਟੀਰੋਇਡ ਆ ਵੀਰੇ, ਨਾ ਕਰੋ ਇਹ ਕੰਮ, ਬਚ ਜਾਓ। ਆ ਕਿੰਨੇ ਬਹੁਤ ਕੁਛ ਹੋਈ ਜਾਂਦਾ, ਬਹੁਤ ਜ਼ਿਆਦਾ ਕੁਛ ਹੁੰਦਾ ਕੌਡੀ 'ਚ, ਬਹੁਤ ਘਾਣ ਹੋ ਗਿਆ ਕੌਡੀ ਦਾ ਵੀਰ ਬਣ ਕੇ। ਕਮੇਟੀਆਂ ਵਾਲੇ ਜਿਹੜੇ ਤੁਸੀਂ ਨਵੇਂ ਪਲੇਅਰ ਹੋ, ਹੋਰ ਸੁਣ ਲਓ, ਜਿਹੜੇ ਸੀਨੀਅਰ ਪਲੇਅਰ ਨੇ ਸਾਰੇ ਨਹੀਂ ਮੈਂ ਕਹਿੰਦਾ, ਵਿੱਚ ਜੋ ਗੰਦਗੀ ਆ ਉਹ ਨਵਿਆਂ ਨੂੰ ਕਹਿੰਦੇ ਆ ਸਮਾਨ ਕਰ ਲਓ, ਠੀਕ ਆ ਜੀ। ਹੁਣ ਉਹ ਨਵੇਂ ਨੂੰ ਤਾਂ ਪਤਾ ਨਹੀਂ ਕਿੱਥੋਂ ਮਿਲਣਾ, ਉਹ ਸਮਾਨ ਆਉਣਾ 20,000 ਦਾ, ਦੱਸਣਾ 40,000 ਦਾ, ਮਤਲਬ 20,000 ਜੇਬ 'ਚ, 20,000 ਦਾ ਸਮਾਨ, ਉਹ ਵੀ ਮਾੜਾ। ਇਹ ਸਾਰੇ ਇਹ ਹੋ ਰਿਹਾ, ਇਹ ਜਿਹੜੇ ਪੁਰਾਣੇ ਬੰਦੇ ਨੇ ਉਹ ਕੰਡੇ ਬੀਜ ਰਹੇ ਨਵਿਆਂ ਨੂੰ, ਆ ਇਹਨਾਂ ਨੂੰ ਵੀ ਕਹਿੰਦੇ ਹੋਣਗੇ ਵੀ ਸਮਾਨ ਕਰ ਲਓ। ਸਮਾਨ ਵਾਲਾ ਲੌਜਿਕ ਲੂਜਿਕ ਕੋਈ ਨਹੀਂ ਹੈਗਾ ਵੀਰੇ, ਮਿਹਨਤ ਕਰੋ, ਟਾਈਮ ਲੱਗੂ। ਮੈਨੂੰ 1.5 ਸਾਲ ਹੋ ਗਿਆ ਲੱਗੇ ਨੂੰ, ਹੁਣ ਮੈਂ ਵੀ ਦੇਖਿਆ ਜਰਕਾ ਸਾਰਾ ਕੁਛ ਫਿਰ ਤੁਰ ਕੇ, ਠੀਕ ਆ। ਹੁਣ ਆਪਾਂ ਮਿਹਨਤ ਕਰਕੇ, ਫਿਰ ਮੈਂ ਸੋਚਿਆ ਵੀ 98 'ਚ ਮੈਂ ਕੁਛ ਨਹੀਂ ਕੀਤਾ ਸੀ, ਨਾ ਮੈਨੂੰ ਪ੍ਰੋਟੀਨ ਦਾ ਪਤਾ ਸੀ, ਨਾ ਕਰਾਟੇਨ ਦਾ ਪਤਾ ਸੀ, ਠੀਕ ਆ, ਸਾਰੇ ਟੰਗੇ। ਹੁਣ ਕਿਉਂ ਨਹੀਂ ਹੋ ਸਕਦੀ ਗੱਲ, ਉਹ ਹੁਣ ਦੁਬਾਰਾ ਫੇਰ ਕਰੂੰ, ਸਵਾਗਾ ਫੇਰਨਾ ਵੀਰੇ, ਚਾਹੇ 2 ਸਾਲ ਹੋਰ ਲੱਗ ਜਾਣ, 1.5 ਸਾਲ ਹੋ ਗਿਆ, 2 ਹੋਰ ਲਾਊ, ਕਿਹੜਾ ਫੇਰੂ ਸਵਾਗਾ। ਬਸ ਤਾੜੀਆਂ ਮਾਰ ਦੇ ਜੀ। ਇਹ ਕੋਈ ਹੰਕਾਰ ਵਾਲੀ ਗੱਲ ਨਹੀਂ ਜਿਹੜੀ ਮੈਂ ਕਹਿਣਾ, ਇਹ ਹੁੰਦਾ ਕੌਨਫੀਡੈਂਸ,
ਕੌਨਫੀਡੈਂਸ ਕਿਵੇਂ ਆਊਗਾ? ਜੇ ਮਿਹਨਤ ਕਰੋਗੇ, ਤਪੱਸਿਆ ਕਰੋਗੇ, ਮਰਨਾ ਪੈਂਦਾ ਗਰਾਊਂਡ 'ਚ ਦੋ ਗਰੀ, ਤਾਂ ਕਰਦਾ ਗੱਲ ਮੈਂ ਇੱਥੇ ਖੜਾ, ਤਾਂ ਗੱਲ ਕਰਦਾ ਮੈਂ। ਮੈਨੂੰ 1.5-2 ਸਾਲ ਹੋ ਗਏ ਮਰਦੇ ਨੂੰ 2-3 ਟਾਈਮ, ਤਾਂ ਮੈਂ ਗੱਲ ਕਰ ਸਕਦਾ ਇਹ ਬਈ ਮੈਂ ਕਰ ਸਕਦਾ। ਜਿਹੜਾ ਬੰਦਾ ਮਿਹਨਤ ਕਰੂਗਾ, ਇੱਕ ਗੇਰੀ ਜੱਫਾ ਲੱਗ ਜੇ ਗਿਆ ਉਹ ਜਾਊਗਾ, ਦੂਜੀ ਗੇਰੀ ਜੱਫਾ ਲੱਗ ਜੇ ਕੌਡੀ ਪਾਊਗਾ। ਗੱਲ ਕੀ, ਜਿਹੜੇ ਮਿਹਨਤ ਨਹੀਂ ਕੀਤੀ ਉਹ ਗਿੱਟਾ ਫੜ ਕੇ ਬੈਠੂ ਜਾਂ ਗੋਡਾ ਫੜ ਕੇ ਬੈਠੂ। ਠੀਕ ਆ ਨਾ ਵੀਰ, ਬਣ ਕੇ ਤਪੱਸਿਆ ਕਰੋ, ਮਹਾਰਾਜ ਦਾ ਨਾਂ ਲਵੋ, ਸਾਰਾ ਕੁਛ ਹੋ ਸਕਦਾ। ਠੀਕ ਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।